ਰਜੀਤ ਕੁਮਾਰ ਸ਼ਰਮਾ, ਬਲਵੀਰ ਕੁਮਾਰ, ਕਿਉਂਕਿ ਬਾੜਾ ਜੀ ਦੀ ਉਹ ਸਾਨੂੰ ਉਹਦੀ ਡੈਡ ਬੋਡੀ ਜਿਹੜੀ ਹੈਗੀ ਹੈ ਜੀ ਆਪਾਂ ਬਾਲੇ ਵਿਖੇ ਜੂਸਰ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਅਤੇ ਦੋ ਰਾਤ ਨੂੰ ਜਿਹੜਾ ਸੀਗਾ ਇਹ ਆਪਣਾ ਫੈਮਿਲੀ ਲਗਾ ਲੈਂਦਾ ਸੀਗਾ। ਸਰਹੰਦ ਵਿਖੇ ਇੱਕ 33 ਸਾਲਾ ਨੌਜਵਾਨ ਸੰਜੀਵ ਕੁਮਾਰ ਦੀ ਭੇਤ ਭਰੇ ਹਾਲਾਤਾਂ 'ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਥਾਣਾ ਸਰਹੰਦ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅੰਬਾਲਾ ਦੀ ਇੱਕ ਫੈਕਟਰੀ 'ਚ ਨੌਕਰੀ ਕਰਦਾ ਸੀ। ਸਰਹੰਦ ਦੇ ਪਸ਼ੂ ਹਸਪਤਾਲ ਨੇੜੇ ਇੱਕ ਖਾਲੀ ਪਲਾਟ 'ਚੋਂ ਸੰਜੀਵ ਕੁਮਾਰ ਦੀ ਲਾਸ਼ ਮਿਲੀ। ਥਾਣਾ ਸਰਹੰਦ ਦੀ ਪੁਲਿਸ ਨੇ ਮ੍ਰਿਤਕ ਸੰਜੀਵ ਕੁਮਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸ਼ਾਮ ਦੇ ਟਾਈਮ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੋਸਪਿਟਲ ਤੋਂ, ਸੰਜੀਵ ਕੁਮਾਰ ਸ਼ਰਮਾ, ਬਲਵੀਰ ਕੁਮਾਰ, ਜੋ ਕਿ ਬਾੜਾ ਜੀ ਦੀ ਰੋਜ਼ ਸਾਨੂੰ ਉਹਦੀ ਡੈਡ ਬੋਡੀ ਜਿਹੜੀ ਹੈਗੀ ਹੈ ਜੀ ਆਪਾਂ ਉਸ 'ਤੇ ਜਿਹੜਾ ਆਪਾਂ ਮੌਕੇ ਦੇ ਵਿੱਚ ਜਿਹੜਾ ਹੈਗਾ ਪ੍ਰਤਾਪ ਦੁਆਰਾ ਜਿਹੜਾ ਹੈਗਾ ਅਤੇ ਘਰਦਿਆਂ ਦੇ ਧਿਆਨ ਲਾਉਂਦੇ ਹਾਂ, ਜੋ ਵੀ ਬਣਦੀ ਕਰਦੀ ਉਹਨੂੰ ਧਿਆਨ ਲਾਉਂਦੀ। ਕੀ ਕੰਮ ਕਰਦਾ ਸੀ, ਕਿੱਥੇ ਰਹਿੰਦਾ ਸੀ ਜੀ? ਇਹ ਆਪਣਾ ਬਾਲੇ ਵਿਖੇ ਜੂਸਰ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਅਤੇ ਦੋ ਰਾਤ ਨੂੰ ਜਿਹੜਾ ਸੀਗਾ ਇਹ ਆਪਣਾ ਫੈਮਿਲੀ ਨੂੰ ਲਾ ਲੈਂਦਾ ਸੀਗਾ ਅਤੇ ਫਿਲਹਾਲ ਅਸੀਂ ਜਿਹੜੇ ਹੈਗੇ ਵੇਰੀਫਾਈ ਕਰ ਰਹੇ ਹਾਂ, ਅਸੀਂ ਬਹੁਤ ਪ੍ਰੀਮੀਅਮ ਸਟੇਜ 'ਤੇ ਅਸੀਂ ਹੈਗੇ ਕਿ ਅਗਲੇ ਜੋ ਵੀ ਹੋਊਗਾ ਉਸ ਬਾਰੇ ਜਾਣਕਾਰੀ। ਸੱਟ ਵਗੈਰਾ ਦੇ ਨਿਸ਼ਾਨ ਵੀ ਹੈ ਕੁਛ ਇੱਦਾਂ ਦੇ ਸਾਹਮਣੇ ਹੈ ਜੀ? ਫਿਲਹਾਲ ਜਿਹੜਾ ਹੈਗਾ ਬਾਡੀ ਜਿਹੜੀ ਹੈਗੀ ਡਾਕਟਰਸ ਨੂੰ ਅਸੀਂ ਦਿੱਤੀ ਹੈ, ਮੌਕੇ ਵਿੱਚ ਬਾਡੀ ਰਖਾਈ ਗਈ ਹੈ ਅਤੇ ਡਾਕਟਰ ਦੀ ਰਿਪੋਰਟ ਮਾਰ ਮੁਤਾਬਕ ਹੀ ਜੋ ਹੈਗਾ ਅਗਲੀ ਕਾਰਵਾਈ ਵਿੱਚ ਲੱਗ ਗਏ। ਇੱਥੇ ਲਾਸਟ ਕਿੱਥੇ ਮਿਲੀ ਸੀ, ਇਹਦੇ ਵਿਆਹ ਹੋਇਆ ਜੀ? ਇਹਦੀ ਲਾਸਟ ਜਿਹੜੀ ਹੈਗੀ ਹੈ ਪਸ਼ੂ ਹਸਪਤਾਲ ਦੇ ਨੇੜੇ ਮਿਲੀ ਹੈ ਅਤੇ ਮੈਰਿਜ ਸੀਗਾ, 3 ਸਾਲ ਦੇ ਬਿਆਨ ਹੋ ਗਏ ਸੀ। ਸੂਚਨਾ ਕਿਹਾ ਸੀ ਕਿ ਲਾਸਟ ਕਿਹੋ ਕਿ ਜੀ ਇਹਦੇ ਘਰਦਿਆਂ ਨੂੰ ਹੀ ਕਿਸੇ ਨੇ ਸੂਚਨਾ ਦਿੱਤੀ ਸੀਗੀ ਕਿ ਜ਼ਿਆਦਾ ਬਾਡੀ ਹੋ ਗਈ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਬਿਆਨ ਜਿਹੜੇ ਹੈਗੇ ਕਰ ਦਿੱਤਾ। ਸੰਜੀਵ ਕੁਮਾਰ ਸ਼ਰਮਾ, ਬਲਵੀਰ ਕੁਮਾਰ, ਕਿਉਂਕਿ ਬਾੜਾ ਜੀ ਦੀ ਰੋਜ਼ ਸਾਨੂੰ ਉਹਦੀ ਡੈਡ ਬੋਡੀ ਜਿਹੜੀ ਹੈਗੀ ਹੈ ਜੀ ਆਪਾਂ ਬਾਲੇ ਵਿਖੇ ਜੂਸਰ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਅਤੇ ਦੋ ਰਾਤ ਨੂੰ ਜਿਹੜਾ ਸੀਗਾ ਇਹ ਆਪਣਾ ਫੈਮਿਲੀ ਨੂੰ ਲਾ ਲੈਂਦਾ ਸੀਗਾ। ਸਰਹੰਦ ਵਿਖੇ ਇੱਕ 33 ਸਾਲਾ ਨੌਜਵਾਨ ਸੰਜੀਵ ਕੁਮਾਰ ਦੀ ਭੇਤ ਭਰੇ ਹਾਲਾਤਾਂ 'ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਥਾਣਾ ਸਰਹੰਦ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅੰਬਾਲਾ ਦੀ ਇੱਕ ਫੈਕਟਰੀ 'ਚ ਨੌਕਰੀ ਕਰਦਾ ਸੀ। ਸਰਹੰਦ ਦੇ ਪਸ਼ੂ ਹਸਪਤਾਲ ਨੇੜੇ ਇੱਕ ਖਾਲੀ ਪਲਾਟ 'ਚੋਂ ਸੰਜੀਵ ਕੁਮਾਰ ਦੀ ਲਾਸ਼ ਮਿਲੀ। ਥਾਣਾ ਸਰਹੰਦ ਦੀ ਪੁਲਿਸ ਨੇ ਮ੍ਰਿਤਕ ਸੰਜੀਵ ਕੁਮਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸ਼ਾਮ ਦੇ ਟਾਈਮ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੋਸਪਿਟਲ ਤੋਂ, ਸੰਜੀਵ ਕੁਮਾਰ ਸ਼ਰਮਾ, ਬਲਵੀਰ ਕੁਮਾਰ, ਜੋ ਕਿ ਬਾੜਾ ਜੀ ਦੀ ਰੋਜ਼ ਸਾਨੂੰ ਉਹਦੀ ਡੈਡ ਬੋਡੀ ਜਿਹੜੀ ਹੈਗੀ ਹੈ ਜੀ ਆਪਾਂ ਉਸ 'ਤੇ ਜਿਹੜਾ ਹੈਗਾ ਮੌਕੇ ਦੇ ਵਿੱਚ ਜਿਹੜਾ ਹੈਗਾ ਪ੍ਰਤਾਪ ਦੁਆਰਾ ਜਿਹੜਾ ਹੈਗਾ ਅਤੇ ਘਰਦਿਆਂ ਦੇ ਧਿਆਨ ਲਾਉਂਦੇ ਹਾਂ, ਜੋ ਵੀ ਬਣਦੀ ਕਰਦੀ ਉਹਨੂੰ ਧਿਆਨ ਲਾਉਂਦੀ। ਕੀ ਕੰਮ ਕਰਦਾ ਸੀ, ਕਿੱਥੇ ਰਹਿੰਦਾ ਸੀ ਜੀ? ਇਹ ਆਪਣਾ ਬਾਲੇ ਵਿਖੇ ਜੂਸਰ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਅਤੇ ਦੋ ਰਾਤ ਨੂੰ ਜਿਹੜਾ ਸੀਗਾ ਇਹ ਆਪਣਾ ਫੈਮਿਲੀ ਨੂੰ ਲਾ ਲੈਂਦਾ ਸੀਗਾ ਅਤੇ ਫਿਲਹਾਲ ਅਸੀਂ ਜਿਹੜੇ ਹੈਗੇ ਵੇਰੀਫਾਈ ਕਰ ਰਹੇ ਹਾਂ, ਅਸੀਂ ਬਹੁਤ ਪ੍ਰੀਮੀਅਮ ਸਟੇਜ 'ਤੇ ਅਸੀਂ ਹੈਗੇ ਕਿ ਅਗਲੇ ਜੋ ਵੀ ਹੋਊਗਾ ਉਸ ਬਾਰੇ ਜਾਣਕਾਰੀ। ਸੱਟ ਵਗੈਰਾ ਦੇ ਨਿਸ਼ਾਨ ਵੀ ਹੈ ਕੁਛ ਇੱਦਾਂ ਦੇ ਸਾਹਮਣੇ ਹੈ ਜੀ? ਫਿਲਹਾਲ ਜਿਹੜਾ ਹੈਗਾ ਬਾਡੀ ਜਿਹੜੀ ਹੈਗੀ ਡਾਕਟਰਸ ਨੂੰ ਅਸੀਂ ਦਿੱਤੀ ਹੈ, ਮੌਕੇ ਵਿੱਚ ਬਾਡੀ ਰਖਾਈ ਗਈ ਹੈ ਅਤੇ ਡਾਕਟਰ ਦੀ ਰਿਪੋਰਟ ਮਾਰ ਮੁਤਾਬਕ ਹੀ ਜੋ ਹੈਗਾ ਅਗਲੀ ਕਾਰਵਾਈ ਵਿੱਚ ਲੱਗ ਗਏ। ਇੱਥੇ ਲਾਸਟ ਕਿੱਥੇ ਮਿਲੀ ਸੀ, ਇਹਦੇ ਵਿਆਹ ਹੋਇਆ ਜੀ? ਇਹਦੀ ਲਾਸਟ ਜਿਹੜੀ ਹੈਗੀ ਹੈ ਪਸ਼ੂ ਹਸਪਤਾਲ ਦੇ ਨੇੜੇ ਮਿਲੀ ਹੈ ਅਤੇ ਮੈਰਿਜ ਸੀਗਾ, 3 ਸਾਲ ਦੇ ਬਿਆਨ ਹੋ ਗਏ ਸੀ। ਸੂਚਨਾ ਕਿਹਾ ਸੀ ਕਿ ਲਾਸਟ ਕਿਹੋ ਕਿ ਜੀ ਇਹਦੇ ਘਰਦਿਆਂ ਨੂੰ ਹੀ ਕਿਸੇ ਨੇ ਸੂਚਨਾ ਦਿੱਤੀ ਸੀਗੀ ਕਿ ਜ਼ਿਆਦਾ ਬਾਡੀ ਹੋ ਗਈ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਬਿਆਨ ਜਿਹੜੇ ਹੈਗੇ ਕਰ ਦਿੱਤਾ। ਸੰਜੀਵ ਕੁਮਾਰ ਸ਼ਰਮਾ, ਬਲਵੀਰ ਕੁਮਾਰ, ਕਿਉਂਕਿ ਬਾੜਾ ਜੀ ਦੀ ਰੋਜ਼ ਸਾਨੂੰ ਉਹਦੀ ਡੈਡ ਬੋਡੀ ਜਿਹੜੀ ਹੈਗੀ ਹੈ ਜੀ ਆਪਾਂ ਬਾਲੇ ਵਿਖੇ ਜੂਸਰ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਅਤੇ ਦੋ ਰਾਤ ਨੂੰ ਜਿਹੜਾ ਸੀਗਾ ਇਹ ਆਪਣਾ ਫੈਮਿਲੀ ਨੂੰ ਲਾ ਲੈਂਦਾ ਸੀਗਾ।
ਸਰਹੰਦ ਵਿਖੇ ਇੱਕ 33 ਸਾਲਾਂ ਨੌਜਵਾਨ ਸੰਜੀਵ ਕੁਮਾਰ ਦੀ ਭੇਤ ਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਥਾਣਾ ਸਰਹੰਦ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅੰਬਾਲਾ ਦੀ ਇੱਕ ਫੈਕਟਰੀ 'ਚ ਨੌਕਰੀ ਕਰਦਾ ਸੀ। ਸਰਹੰਦ ਦੇ ਪਸ਼ੂ ਹਸਪਤਾਲ ਨੇੜੇ ਇੱਕ ਖਾਲੀ ਪਲਾਟ 'ਚੋਂ ਸੰਜੀਵ ਕੁਮਾਰ ਦੀ ਲਾਸ਼ ਮਿਲੀ ਹੈ। ਥਾਣਾ ਸਰਹੰਦ ਦੀ ਪੁਲਿਸ ਨੇ ਮ੍ਰਿਤਕ ਸੰਜੀਵ ਕੁਮਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸ਼ਾਮ ਦੇ ਟਾਈਮ ਸਾਨੂੰ ਇੱਕ ਇਨਫੋਰਮੇਸ਼ਨ ਆਈ ਹਸਪਤਾਲ ਤੋਂ, ਸੰਜੀਵ ਕੁਮਾਰ ਸਿੰਘ ਗੰਭੀਰ ਕੁਮਾਰ ਜੋ ਕਿ ਬਾੜਾ ਵਿਧੀ ਰੋਡ ਸਨ, ਉਹਦੀ ਡੈਡ ਬੋਡੀ ਜਿਹੜੀ ਹੈਗੀ ਹੈ ਜੀ, ਆਪਾਂ ਉੱਤੇ ਜਿਹੜਾ ਹੈਗਾ ਜਿਹੜਾ ਆਪਾਂ ਹੈਗਾ ਆਪਾਂ ਮੌਕੇ ਦੇ ਵਿੱਚ ਪਾਉਂਦੇ ਜਿਹੜਾ ਹੈਗਾ ਪ੍ਰਤਾਪ ਦੇ ਨਾਲ ਹੈਗਾ ਤੇ ਘਰਦਿਆਂ ਦੇ ਧਿਆਨ ਲਾਉਂਦੇ ਨਾਲ ਜੋ ਵੀ ਬਣਦੀ ਕਰਦੀ ਉਹਨੂੰ ਧਿਆਨ ਲਾਉਂਦੀ। ਕੀ ਕੰਮ ਕਰਦਾ ਸੀ, ਕਿੱਥੇ ਰਹਿੰਦਾ ਸੀ ਜੀ? ਇਹ ਆਪਣਾ ਬਾਲੇ ਵਿਖੇ ਜੂਸਰ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਤੇ ਦੋ ਰਾਤ ਨੂੰ ਜਿਹੜਾ ਸੀਗਾ ਇਹ ਆਪਣਾ ਫੈਮਿਲੀ ਕੋਲ ਆ ਜਾਂਦਾ ਸੀਗਾ ਤੇ ਕਰਾਲ ਸਿੰਘ ਜਿਹੜੇ ਹੈਗੇ ਮੇਰੇ ਪੇ ਕਰ ਰਹੇ ਹਾਂ। ਅਸੀਂ ਬਹੁਤ ਪ੍ਰੀ ਇਵਨਿੰਗ ਸਟੇਜ ਤੇ ਅਸੀਂ ਹੈਗੇ ਕਿ ਅਗਲੇ ਜੋ ਵੀ ਹੋਊਗਾ ਉਸ ਵਾਰ ਗੱਲ ਦਾ ਕੋਈ ਸੱਟ ਵਗੈਰਾ ਦਾ ਨਿਸ਼ਾਨ ਵੀ ਹੈ ਕੁਛ ਇਦਾਂ ਦੇ ਸਾਹਮਣੇ ਹੈ ਜੀ? ਫਿਲਹਾਲ ਜਿਹੜਾ ਹੈਗਾ ਬਾਡੀ ਜਿਹੜੀ ਹੈਗੀ ਡਾਕਟਰਸ ਨੂੰ ਅਸੀਂ ਦਿੱਤੀ ਹੈ, ਮੌਕੇ ਵਿੱਚ ਬਾਡੀ ਰਖਾਈ ਗਈ ਹੈ ਤੇ ਡਾਕਟਰ ਦੀ ਰਿਪੋਰਟ ਮੁਤਾਬਕ ਹੀ ਜੋ ਹੈਗਾ ਅਗਲੀ ਕਾਰਨ ਵਿੱਚ ਲੱਗ ਗਏ। ਕਿੱਥੇ ਲਾਸ਼ ਕਿੱਥੇ ਮਿਲੀ ਸੀ, ਇਹਦੇ ਵਿਆਹ ਹੋਇਆ ਜੀ? ਇਹਦੀ ਲਾਸ਼ ਜਿਹੜੀ ਹੈਗੀ ਹੈ ਪਸ਼ੂ ਹਸਪਤਾਲ ਦੇ ਨੇੜੇ ਮਿਲੀ ਹੈ ਤੇ ਮੈਰਿਜ ਸੀਗਾ, 3 ਸਾਲ ਦੇ ਵਿਆਹ ਹੋ ਗਏ ਸੀ। ਸੂਚਨਾ ਕਿਹਾ ਸੀ ਕਿ ਲਾਸ਼ ਕੋਈ ਉੱਥੇ ਦੇ ਹੋਵੇ ਜੀ? ਇਹਨੇ ਘਰਦਿਆਂ ਨੂੰ ਹੀ ਕਿਸੇ ਨੇ ਸੂਚਨਾ ਦਿੱਤੀ ਸੀਗੀ ਕਿ ਜ਼ਿਆਦਾ ਬੜੀ ਗੋਲੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਬਿਆਨ ਜਿਹੜੇ ਹੈਗੇ ਕਰ ਦਿੱਤੇ।